ਸਟਾਰਟ। ਸਤਿ ਸ਼੍ਰੀ ਅਕਾਲ ਸਾਥੀਓ, ਅੱਜ ਮੈਂ ਜੋ ਤੁਹਾਡੇ ਨਾਲ ਗੱਲ ਇੱਕ ਕਰਿਆ, ਮੇਰਾ ਮਿੰਟ ਮੁੱਦਾ ਹੈਗਾ ਕਣਕ ਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਹੁਣ ਆਪਣੀ ਕਣਕ ਜਿਹੜੀ ਹੈ ਉਹ ਨਾਲੀ ਚੜ੍ਹ ਚੁੱਕੀ ਹੈ ਅਤੇ ਇਸ ਤੋਂ ਬਾਅਦ 'ਚ ਨਿਸਾਰੇ ਵੱਲ ਵੱਧ ਰਹੀ ਹੈ। ਇਸ ਸਮੇਂ ਜਿਹੜਾ ਹੈਗਾ ਇੱਕ ਦੋ ਦਿੱਕਤਾਂ ਆਉਂਦੀਆਂ ਕਣਕ ਨੂੰ। ਪਹਿਲੀ ਦੇਖੋ ਕਿ ਮੈਗਨੀਜ਼ ਦੀ ਘਾਟ ਆਉਂਦੀ ਹੈ ਕਣਕ ਨੂੰ। ਦੋ ਟਾਈਮ 'ਤੇ ਮੈਗਨੀਜ਼ ਦੀ ਘਾਟ ਆਉਂਦੀ ਹੈ। ਪਹਿਲਾ ਟਾਈਮ ਹੈਗਾ ਜਦੋਂ ਕਣਕ ਫਟਾਰਾ ਕਰਦੀ ਹੈ, ਉਸ ਤੋਂ ਬਾਅਦ 'ਚੋਂ ਜਿਹੜੀ ਘਾਟ ਜਿਹੜੀ ਹੈਗੀ ਉਹ ਲੁਕ ਜਾਂਦੀ ਹੈ। ਇਸ ਤੋਂ ਬਾਅਦ 'ਚ ਦੁਬਾਰਾ ਮੈਗਨੀਜ਼ ਦੀ ਘਾਟ ਆਉਂਦੀ ਹੈ ਜਦੋਂ ਕਣਕ ਨਿਸਾਰੇ ਵੱਲ ਜਾਂਦੀ ਹੈ। ਨਿਸਾਰੇ ਵੱਲ ਕਣਕ ਜਾਂਦੀ ਹੈ ਤਾਂ ਉਸ ਟਾਈਮ ਸਾਨੂੰ ਪੱਤੇ ਦੇ ਉੱਪਰ ਧਾਰੀਆਂ, ਸਲੇਟੀ ਰੰਗ ਦੀਆਂ ਧਾਰੀਆਂ ਦਿਸਦੀਆਂ। ਨਾਲ ਹੀ ਜਦੋਂ ਕਣਕ ਨਿਸਾਰੇ ਦੇ ਨੇੜੇ ਹੁੰਦੀ ਹੈ ਨਾ, ਉਦੋਂ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਉਹਦੇ ਪੱਤਿਆਂ ਦੇ ਵਿੱਚ ਜਾਨ ਨਹੀਂ ਹੈਗੀ, ਪੱਤੇ ਥੱਲੇ ਨੂੰ ਲਮਕੇ ਪਏ ਹੈ, ਤਾਂ ਮੈਗਨੀਜ਼ ਦੀ ਘਾਟ ਨਾਲ ਹੁੰਦਾ। ਅਕਸਰ ਸਾਡੇ ਕਿਸਾਨ ਵੀਰੇ ਕਹਿੰਦੇ ਕਿ ਯਾਰ ਕਣਕ ਬੜੀ ਵਧੀਆ ਸੀਗੀ, ਬੜੀ ਵਧੀਆ ਗਰੋਥ ਸੀ, ਪਰ ਝਾੜ 'ਚ ਮਾਰ ਖਾ ਗਈ। ਤਾਂ ਉਹਦਾ ਕਾਰਨ ਇਹ ਹੁੰਦਾ ਕਿ ਜਿਹੜੀ ਨਿਸਾਰੇ ਦੇ ਟਾਈਮ 'ਤੇ ਮੈਗਨੀਜ਼ ਦੀ ਘਾਟ ਆਈ, ਉਹ ਥੋੜ੍ਹਾ ਝਾੜ ਕਾਫੀ ਹੱਦ ਤੱਕ ਘਟਾ ਦਿੰਦੀ ਹੈ। ਇਸ ਲਈ ਜਿਹੜੀ ਕਣਕ ਤੁਹਾਡੀ ਨਿਸਾਰੇ ਵੱਲ ਵੱਧ ਰਹੀ ਹੈ, ਉਸ ਕਣਕ ਨੂੰ ਤੁਸੀਂ ਹੁਣ 1 ਕਿਲੋ ਮੈਗਨੀ ਸਲਫੇਟ ਦਾ ਸਪਰੇਅ ਕਰੋ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਸਾਡੇ ਏਰੀਏ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਬੋਰੋਨ ਤੱਤ ਦੀ ਘਾਟ ਆ ਗਈ ਹੈ। ਇਹ ਬੋਰੋਨ ਦੀ ਘਾਟ ਜਿਹੜੀ ਕਿ ਕਣਕ ਦੇ ਵਿੱਚ ਨਹੀਂ, ਹਿਊਮਨ ਬੀਂਗਸ ਦੇ ਵਿੱਚ ਵੀ ਆ ਗਈ ਹੈ, ਜਿਹਦੇ ਕਰਕੇ ਸਪਰਮ ਕਾਊਂਟ ਘੱਟ ਰਿਹਾ। ਅਤੇ ਬੋਰੋਨ ਦੀ ਜਿਹੜੀ ਜਦੋਂ ਘਾਟ ਆਉਂਦੀ ਹੈ ਤਾਂ ਇਹਦੇ ਨਾਲ ਕੀ ਹੈ ਕਿ ਜਿਹੜੀ ਸਾਡੀ ਸਿੱਟਾ ਹੈ, ਸਿੱਟੇ ਦਾ ਜਿਹੜਾ ਉੱਪਰਲਾ ਸਿਰ ਹੈਗਾ, ਉੱਥੇ ਦਾਣੇ ਖਾਲੀ ਰਹਿ ਜਾਂਦੇ ਆ, ਉਹਨਾਂ 'ਚ ਦਾਣੇ ਨਹੀਂ ਭਰਦੇ, ਜਾਂ ਹੇਠਲੇ ਪਾਸੋਂ ਸਿੱਟਾ ਜਿਹੜਾ ਹੈਗਾ ਥੱਲਿਓਂ ਕਾਫੀ ਜ਼ਿਆਦਾ ਖਾਲੀ ਰਹਿ ਜਾਂਦਾ, ਅਤੇ ਬੋਰੋਨ ਦੀ ਘਾਟ ਨਾਲ ਹੁੰਦਾ। ਇਹਦੀ ਇੱਕ ਨਿਸ਼ਾਨੀ ਹੋਰ ਹੈ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਖੇਤ ਦੇ ਵਿੱਚ, ਜਿਹੜਾ ਪੱਤਾ ਹੈਗਾ ਇਹਦੇ ਸਾਈਡਾਂ 'ਤੇ ਕੱਟ ਲੱਗੇ ਹੋਣਗੇ, ਜਾਂ ਪੱਤੇ ਨੂੰ ਇਸ ਤਰੀਕੇ ਨਾਲ ਵੱਟ ਚੜਿਆ ਹੁੰਦਾ ਜਿਵੇਂ ਕਿ ਰੱਸੇ ਨੂੰ ਵੱਟ ਚੜਾਇਆ ਹੁੰਦਾ, ਅਤੇ ਇਸ ਤਰ੍ਹਾਂ ਪੱਤਾ ਫੋਲਡ ਹੋਇਆ ਹੁੰਦਾ। ਇਹ ਜੇ ਪੱਤੇ ਦਾ ਫੋਲਡ ਹੋਣਾ, ਇਹ ਲੇਟ 2-4 ਡੀ ਦਾ ਸਪਰੇਅ ਕਰਨ ਨਾਲ ਵੀ ਹੁੰਦਾ, ਅਤੇ ਬੋਰੋਨ ਦੀ ਘਾਟ ਦੇ ਨਾਲ ਵੀ ਇਹ ਆਉਂਦਾ। ਤਾਂ ਜੇਕਰ ਤੁਸੀਂ ਬੋਰੋਨ ਦਾ ਸਪਰੇਅ ਨਹੀਂ ਕਰੋਗੇ, ਤੁਹਾਡਾ ਝਾੜ ਕਾਫੀ ਹੱਦ ਤੱਕ ਡਿੱਗ ਸਕਦਾ। ਇਹ ਬਹੁਤ ਸਸਤਾ ਜਿਹਾ ਤੱਤ ਹੈ, ਕਿਸੇ ਵੀ ਕੰਪਨੀ ਦਾ ਖਰੀਦੋ, 200 ਗ੍ਰਾਮ ਕਿੱਲੇ ਦਾ ਮੈਗਨੀਜ਼ ਦੇ ਨਾਲ ਹੀ ਪਾ ਕੇ ਸਪਰੇਅ ਕਰ ਦਿਓ। ਇਸ ਤੋਂ ਬਿਨਾਂ ਐੱਨ ਪੀ ਕੇ ਦਾ ਸਪਰੇਅ ਵੀ ਸਾਨੂੰ ਇਸ ਟਾਈਮ 'ਤੇ ਕਰਨਾ ਚਾਹੀਦਾ ਹੈ। ਐੱਨ ਪੀ ਕੇ 0-54 ਆਉਂਦੀ ਹੈ, ਜਾਂ ਇਸੇ ਦੇ ਨਾਲ ਮਿਲਦਾ ਜੁਲਦਾ ਕੰਬੀਨੇਸ਼ਨ ਇਫਕੋ ਦਾ ਆਉਂਦਾ, ਇਫਕੋ ਕ੍ਰਿਪਕੋ ਦਾ ਕਾਫੀ ਸਸਤਾ ਵੀ ਮਿਲ ਜਾਂਦਾ ਹੈਗਾ, 1 ਕਿਲੋ ਉਹ ਵੀ ਪਾਓ। ਕਿਉਂ? ਕਿਉਂਕਿ ਜਿੰਨੀ ਤੁਸੀਂ ਹੁਣ ਖੁਰਾਕ ਬੂਟੇ ਨੂੰ ਦਿੱਤੀ ਹੈ, ਉਸ ਖੁਰਾਕ ਨੇ ਟ੍ਰਾਂਸਫਰ ਹੋਣਾ ਦਾਣੇ ਦੇ ਵਿੱਚ, ਤਾਂ ਉਸ ਕੰਮ ਨੂੰ ਕੰਮ ਕਰਨਾ ਪੋਟਾਸ਼ ਨੇ। ਤਾਂ ਪੋਟਾਸ਼ ਕੀ ਹੈ ਕਿ ਇਹ ਹੁਣ ਤੁਹਾਡੇ ਲਈ ਇੱਕ ਟਰੱਕ ਦਾ ਕੰਮ ਕਰੇਗੀ ਕਿ ਜਿੰਨੀ ਫੀਡ ਥੱਲੇ ਬਣੀ ਹੋਈ ਹੈ ਉਹਨੂੰ ਸਾਰੇ ਨੂੰ ਦਾਣੇ 'ਚ ਭਰੇਗੀ, ਤਾਂ ਤੁਹਾਡਾ ਜਿਹੜਾ ਹੈਗਾ ਦਾਣਾ ਮਜ਼ਬੂਤ ਬਣੇਗਾ। ਅਤੇ ਦੂਸਰਾ ਇਹਦੇ ਵਿੱਚ ਫਾਸਫੋਰਸ ਹੁੰਦਾ, ਫਾਸਫੋਰਸ ਜਿਹੜਾ ਹੈਗਾ ਮੁੱਢਲਾ ਢਾਂਚਾ ਤਿਆਰ ਕਰੇਗਾ। ਮੈਨੂੰ ਸਿੱਧੇ ਸ਼ਬਦਾਂ 'ਚ ਕਹਿਣਾ ਹੋਇਆ, ਕਹਾਂ ਤਾਂ ਚਟਕੀ ਭਾਸ਼ਾ ਦੇ ਵਿੱਚ, ਕਿ ਜਿਹੜੀ ਫਾਸਫੋਰਸ ਹੈਗੀ ਹੈ ਉਹਨੇ ਤੁਹਾਡਾ ਕਮਰਾ ਤਿਆਰ ਕਰਨਾ, ਮੈਂ ਕਿ ਦਾਣਾ ਬਾਹਰੋਂ ਤਿਆਰ ਕਰਨਾ, ਅਤੇ ਵਿੱਚ ਭਰਨ ਦਾ ਕੰਮ ਪੋਟਾਸ਼ ਨੇ ਕਰਨਾ। ਤਾਂ ਇਸ ਕਰਕੇ ਇਸ ਟਾਈਮ 'ਤੇ ਤੁਸੀਂ ਜਿਹੜਾ ਹੈਗਾ ਮੈਗਨੀਜ਼ 1 ਕਿਲੋ, ਬੋਰੋਨ 200 ਗ੍ਰਾਮ, ਅਤੇ 0-54-34 ਜਾਂ ਇਸੇ ਦੇ ਤਰ੍ਹਾਂ ਦਾ ਇਫਕੋ ਅਤੇ ਕ੍ਰਿਪਕੋ ਦਾ ਪ੍ਰੋਡਕਟ ਆਉਂਦਾ ਹੈ ਜਿਹ 'ਚ ਫਾਸਫੋਰ ਅਤੇ ਪੋਟਾਸ਼ ਹੁੰਦੀ ਹੈ, ਉਹ 1 ਕਿਲੋ ਲੈ ਕੇ ਖੇਤ ਦੇ ਵਿੱਚ ਸਪਰੇਅ ਕਰੋ, ਜਿਹਦੇ ਨਾਲ ਸਾਡਾ ਝਾੜ ਜਿਹੜਾ ਹੈਗਾ ਕਾਫੀ ਹੱਦ ਤੱਕ ਅਸੀਂ ਵਧਾ ਸਕਦੇ ਹਾਂ। ਦੂਸਰਾ ਧਿਆਨ ਰੱਖੋ ਕਿ ਇਹ ਪੀਲੀ ਕੁੰਗੀ ਦਾ ਹਮਲਾ ਨਾ ਹੋਵੇ। ਪੀਲੀ ਕੁੰਗੀ ਬਾਰੇ ਮੈਂ ਗਾਂਹ ਦੱਸਾਂਗਾ, ਵੈਸੇ ਤਾਂ ਜਿਹੜਾ ਹੈਗਾ ਹਜੇ ਤੱਕ ਪੀਲੀ ਕੁੰਗੀ ਦਾ ਕਿਤੇ ਵੀ ਕੋਈ ਅਟੈਕ ਨਹੀਂ ਆਇਆ, ਜੇਕਰ ਕਿਤੇ ਆਉਂਦਾ ਹੈਗਾ ਤਾਂ ਆਪਾਂ ਉਸ 'ਤੇ ਵਿਚਾਰ ਕਰ ਸਕਦੇ ਹਾਂ। ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਮੇਰੇ ਮੋਬਾਈਲ ਨੰਬਰ 'ਤੇ 98-147-31-117 'ਤੇ, ਅਤੇ ਮੈਂ ਤੁਹਾਨੂੰ ਉਹਦੇ ਬਾਰੇ ਡਿਟੇਲ ਦਿੰਦਾ ਰਹਾਂਗਾ। ਉਸ 'ਤੇ ਮੈਂ ਇੱਕ ਸਪੈਸ਼ਲ ਵੀਡੀਓ ਵੀ ਪਾਵਾਂਗਾ ਪੀਲੀ ਕੁੰਗੀ ਦੀ ਬਿਮਾਰੀ ਦਾ, ਕਿਵੇਂ ਬਚਾਅ ਕੀਤਾ ਜਾਂਦਾ, ਕੀ ਕੀ ਔਰ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਹੈਗੀਆਂ,
ਇਸ ਟਾਈਮ 'ਤੇ ਪਿਛਲੇ ਦਿਨੀ ਜਿਹੜੀ ਧੁੰਦ ਪਈ ਸੀ, ਬਾਰਿਸ਼ ਪਈ ਸੀ, ਕੁਝ ਖੇਤਾਂ ਦੇ ਵਿੱਚ ਪੱਤੇ ਉੱਪਰੋਂ ਨੁੱਕਰਾਂ ਜਿਹੜੀਆਂ ਹੈਗੀਆਂ ਲਗਭਗ ਇੰਨੀਆਂ ਇੰਨੀਆਂ ਨੁੱਕਰਾਂ ਪੀਲੀਆਂ ਪੈ ਗਈਆਂ। ਉਹਦੇ ਲਈ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ, ਹੁਣ ਧੁੱਪਾਂ ਲੱਗਣੀਆਂ ਸ਼ੁਰੂ ਹੋ ਗਈਆਂ, ਉਹ ਸਾਰੀਆਂ ਬਿਲਕੁਲ ਠੀਕ ਹੋ ਜਾਣਗੀਆਂ। ਕਈ ਕਿਸਾਨ ਵੀਰ ਇਸ ਟਾਈਮ 'ਤੇ ਖੇਤ ਦੇ ਵਿੱਚ ਮੋਨੋਕ੍ਰੋਟੋਫੋਸ ਦੀ ਸਪਰੇਅ ਕਰ ਰਹੇ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ 1 ਫਰਵਰੀ ਤੋਂ ਪੰਜਾਬ ਦੇ ਵਿੱਚ ਜਿਹੜੇ ਬੈਨ ਹੋਏ ਆ 20 ਜ਼ਹਿਰ, ਉਹਨਾਂ ਦੇ ਵਿੱਚ ਮੋਨੋਕ੍ਰੋਟੋਫਾਸ ਵੀ ਇੱਕ ਹੈ। ਇਸ ਦਾ ਸਪਰੇਅ ਨਾ ਕਰੋ। ਹਜੇ ਤੀਕ ਕਣਕ ਦੇ ਉੱਪਰ ਕਿਸੇ ਵੀ ਕਿਸਮ ਦਾ ਜਿਹੜਾ ਜ਼ਹਿਰ ਹੈਗਾ, ਕੀਟਨਾਸ਼ਕ ਹੈਗਾ, ਉਹਦੀ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ। ਕਿਸੇ ਕਿਸਮ ਦਾ ਕੋਈ ਤੇਲਾ ਨਹੀਂ ਹੈਗਾ ਖੇਤ ਦੇ ਵਿੱਚ, ਜੇ ਕਿਤੇ ਥੋੜ੍ਹਾ ਬਹੁਤ ਹੈਗਾ ਤਾਂ ਉਹ ਨੁਕਸਾਨ ਕੋਈ ਨਹੀਂ ਕਰਦਾ। ਅਤੇ ਜਿਹੜੇ ਪ੍ਰਤੀਬੰਧਿਤ ਜ਼ਹਿਰ ਹੈਗੇ ਹੈ, ਹੋ ਸਕਦਾ ਕਿ ਤੁਹਾਨੂੰ ਬਾਜ਼ਾਰ ਦੇ ਵਿੱਚ ਉਹ ਸਸਤੇ ਰੇਟਾਂ 'ਤੇ ਵੀ ਦਿੱਤੇ ਜਾਣ, ਪਰੰਤੂ ਉਹਨਾਂ ਨੂੰ ਖੇਤਾਂ ਦੇ ਵਿੱਚ ਲਿਆ ਕੇ ਨਾ ਪਾਓ, ਉਹ ਸਾਰੇ ਬੇਅਰਥ ਹੈ, ਫਜ਼ੂਲ ਖਰਚੀ ਆ, ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਜੇਕਰ ਤੁਸੀਂ ਕਰਨਾ ਚਾਹੁੰਦੇ ਤਾਂ ਜੋ ਸਪਰੇਆਂ ਮੈਂ ਤੁਹਾਨੂੰ ਕਹੀਆਂ ਇਹ ਸਪਰੇਆਂ ਕਰੋ, ਬਾਕੀ ਹੋਰ ਹਜੇ ਘਬਰਾਉਣ ਦੀ ਲੋੜ ਨਹੀਂ ਹੈਗੀ। ਤੇਲੇ ਦਾ ਟਾਈਮ ਆਏਗਾ, ਆਪਾਂ ਤੇਲੇ ਬਾਰੇ ਗੱਲ ਕਰਾਂਗਾ, ਮੈਂ ਉਸ 'ਤੇ ਤੁਹਾਨੂੰ ਇੱਕ ਵੀਡੀਓ ਪਾਵਾਂਗਾ, ਤਾਂ ਉਹਦੇ ਵਿੱਚ ਤੁਹਾਡੇ ਤੇਲੇ ਦੇ ਡਾਊਟ ਵੀ ਜਿਹੜੇ ਹੈਗੇ ਕਲੀਅਰ ਹੋ ਜਾਣਗੇ। ਕਣਕ ਦੇ ਉੱਪਰ ਇਸ ਸਮੇਂ ਅਸੀਂ ਕੋਈ ਜ਼ਹਿਰ ਨਹੀਂ ਕਰਨਾ, ਇਹ ਜੋ ਚੀਜ਼ਾਂ ਕਹੀਆਂ ਮੈਂ ਇਹ ਜ਼ਰੂਰ ਸਪਰੇਅ ਕਰੋ, ਇਹਦੇ ਨਾਲ ਤੁਹਾਡਾ ਝਾੜ ਜਿਹੜਾ ਹੈਗਾ ਉਹ ਵਧੇਗਾ। ਧੰਨਵਾਦ ਜੀ।